ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਸਬੰਧੀ ਲੰਬੇ ਸਮੇਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕੇਂਦਰ ਦੇ ਬਜਟ ਨੂੰ ਕਿਸਾਨ ਹਿੱਤਾਂ ਲਈ ਬਹੁਤਾ ਹਿਤਕਾਰੀ ਨਾ ਦੱਸਦਿਆਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਬਜਟ ਅੱਜ ਸੈਂਟਰ ਸਰਕਾਰ ਨੇ ਪਾਸ ਕੀਤਾ। ਇਹ ਪਹਿਲਾਂ ਵੀ ਪੁੱਛਿਆ ਜਾਣ ਡਿਆ ਵੀ ਕੀ ਇਹਤੋਂ ਆਸ, ਦੁਨੀਆ ਆਸ ਤਾਂ ਜਨਤਾ ਰੱਖਦੀ ਹੈ ਬਹੁਤ ਵੀ ਕੁਛ ਨਾ ਕੁਛ ਸਰਕਾਰ ਦੇਊਗੀ। ਮਾਂ ਬਾਪ ਦਾ ਇਹਦਾ ਰੋਲ ਹੁੰਦਾ, ਪਰ ਕੋਈ ਇਹਦੇ 'ਚ ਜਿਹੜਾ ਸਾਹਮਣੇ ਨਿਕਲ ਕੇ ਆਇਆ ਕੁਛ ਵੀ ਨਹੀਂ ਆ, ਨਿਰਾਸ਼ਾ ਵਾਲਾ ਹੀ ਆ ਕੁੱਲ ਮਿਲਾ ਕੇ। ਜਿਹੜੇ ਵਾਅਦੇ ਆ ਜੋ ਦੱਸਦੇ ਆ 15 ਲੱਖ ਸੋਲਰ ਪੰਪ ਲਾਉਣ ਵਾਲਾ, ਉਹ ਐਡਾ ਵੱਡਾ ਦੇਸ਼ ਆ, ਕਿੰਨੇ 28-29 ਜਿਹੜੇ ਸਟੇਟ ਨੇ, ਇੱਕ ਇੱਕ ਸਟੇਟ ਨੂੰ ਕਿੰਨਾ ਕਿੰਨਾ ਆਉਣਾ ਵਾ, ਅਤੇ ਉਹਦੇ 'ਤੇ ਕਲੀਅਰ ਵੀ ਕੋਈ ਇਹੋ ਜਿਹੀ ਨਹੀਂ ਹੈਗੀ ਵੀ ਉਹਦੇ ਕੀ ਸਬਸਿਡੀ ਮਿਲੂਗੀ, ਕਿਤੇ ਕੀ ਹੋਊਗਾ। ਚਲੋ ਜੋ ਕੀਤਾ ਵਾ ਮੰਨਦੇ ਹਾਂ, ਪਰ ਉਹ ਐਡਾ ਵੱਡੀ ਜੋ ਕਰਜ਼ਾ ਦੇਣ ਦੀ ਆ ਉਹਦੇ 'ਤੇ ਵੀ ਕੋਈ ਐਡੀ ਵੱਡੀ ਗੱਲ ਨਹੀਂ ਆ। ਜੋ ਜਨਤਾ ਨੂੰ ਚਾਹੀਦਾ ਸੀ, ਜੋ ਉਹਨਾਂ ਦੀ ਮਿਹਨਤ ਨਾ ਮਿਲਦਾ, ਕੋਈ ਕਿਸਾਨਾਂ ਨੂੰ ਫਸਲਾਂ ਦੇ ਮੁੱਲ ਭਾਅ ਮਿਲਦੇ, ਕੋਈ ਕਰਜ਼ੇ ਦੀ ਰਾਹਤ ਮਿਲਦੀ, ਕੋਈ ਇੰਟਰਸਟ ਦੀ ਰਾਹਤ ਮਿਲਦੀ, ਉਹਦੇ 'ਤੇ ਕੋਈ ਇਹੋ ਜਿਹੀ ਕੋਈ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਜੋ ਅੱਜ ਦੇਸ਼ ਦੀ ਪਾਰਲੀਮੈਂਟ ਵਿੱਚ ਬਜਟ ਪੇਸ਼ ਕੀਤਾ ਗਿਆ, ਜਿਹੜਾ ਕਿਹਾ ਜਾ ਰਿਹਾ ਵੀ 20 ਲੱਖ ਜਿਹੜੇ ਸੋਲਰ ਪੰਪ ਜਿਹੜੇ ਆ, ਜਾਣੀ ਕਹਿ ਲਓ ਵੀ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮੋਟਰਾਂ ਵਾ, ਉਹ ਦਿੱਤੀਆਂ ਗਈਆਂ। ਤੁਸੀਂ ਵੇਖ ਲਓ ਐਡੀ ਵੱਡੀ ਦੇਸ਼ ਦੀ ਆਬਾਦੀ, 2.25 ਕਰੋੜ ਪੰਜਾਬ ਦਾ ਵੀ ਕਿਸਾਨ ਹੈਗੇ ਆ, ਸੋ ਇੰਨੀ ਥੋੜ੍ਹੀ ਮਾਤਰਾ ਵਿੱਚ ਆਏ ਨੇ ਵੀ ਕੋਈ ਬਹੁਤਾ ਇਹਦੇ ਨਾਲ ਕੋਈ ਅਸਰ ਪੈਣ ਵਾਲਾ ਨਹੀਂ ਹੈਗਾ। ਚੰਗੀ ਗੱਲ ਸੀ, ਕੋਈ ਸਬਸਿਡਾਈਜ਼ ਦਾ ਵੀ ਪਤਾ ਨਹੀਂ ਵੀ ਕਿੰਨੇ % ਸਬਸਿਡੀ ਆਊਗੀ, ਪਰ ਬਹੁਤ ਥੋੜ੍ਹੀ ਆ। ਦੂਸਰਾ ਹੈਗਾ ਵੀ ਕਰਜ਼ਾ ਦੇਣ ਵਾਸਤੇ ਕਿਸਾਨਾਂ ਨੂੰ 15,00,000 ਕਰੋੜ ਰੁਪਈਆ ਰੱਖਿਆ ਗਿਆ ਵਾ, ਸੋ ਕੰਮ ਚਲਾਉਣ ਵਾਸਤੇ, ਪਰ ਕਰਜ਼ੇ ਦੀ ਜਿਹੜੀ ਇੰਟਰਸਟ ਦੀ ਸਲੈਬ ਆ ਉਹਦੇ ਬਾਰੇ ਕੋਈ ਕਲੀਅਰ ਨਹੀਂ ਹੈਗਾ ਵੀ ਉਹ ਘਟਾਉਣੀ ਚਾਹੀਦੀ ਸੀ। ਠੀਕ ਹੈ ਜੀ, ਕਰਜ਼ਾ ਲੈ ਕੇ ਅਸੀਂ ਸਾਰੇ ਕੰਮ ਕਰ ਰਹੇ ਹਾਂ, ਪਰ ਵੇਖਣ ਵਾਲੀ ਗੱਲ ਹੈ ਵੀ ਜਿਹੜੀ ਸਾਡੀ ਆਮਦਨ ਵਧਾਉਣਾ ਉਹਦੇ 'ਤੇ ਕੋਈ ਠੋਸ ਉਪਰਾਲੇ ਨਹੀਂ ਹੋ ਰਹੇ। ਕੋਈ ਸਹਾਇਕ ਕਿੱਤਿਆਂ 'ਤੇ ਕੋਈ ਦੁੱਧ 'ਤੇ ਸਬਸਿਡੀ ਸੀਗੀ ਜਾਂ ਕਰਜ਼ਾ ਮਾਫ਼ੀ ਜਾਂ ਫਸਲਾਂ ਦੇ ਭਾਅ ਲਾਹੇਮੰਦ ਦੇਣ ਦਾ ਸਵਾਲ ਸੀਗਾ, ਇਸ ਕਿਸਮ ਦੇ ਜਿਹੜੇ ਆ ਕੋਈ ਅਜਿਹਾ ਸਾਨੂੰ ਪ੍ਰਾਵਧਾਨ ਦੇਖਿਆ ਨਹੀਂ ਗਾ। ਸੋ ਕਿਸਾਨ ਆਏ ਦਿਨ ਪੰਜਾਬ ਵਿੱਚ ਦੇਸ਼ ਵਿੱਚ ਖੁਦਕੁਸ਼ੀਆਂ ਕਰ ਰਹੇ ਆ, ਸੋ ਉਹਦੇ ਵਿੱਚ ਵੀ ਕੋਈ ਸਾਨੂੰ ਉਹਦਾ ਕੋਈ ਦੇਖਿਆ ਨਹੀਂ ਹੈਗਾ। ਸੋ ਜਿਵੇਂ ਸਾਡੀ ਕਿੰਨੀ ਮਹਿੰਗੀ ਹੋ ਗਈ ਆ ਖੇਤੀ ਮਸ਼ੀਨਰੀ ਜਾਂ ਖੇਤੀ 'ਤੇ ਡੀਜ਼ਲ 'ਤੇ ਕੋਈ ਸਬਸਿਡੀ ਸੀ ਜੋ ਆਸਾਂ ਸੀਗੀਆਂ, ਉੱਧਰ ਵੀ ਕੁਛ ਵੀ ਸਾਨੂੰ ਨਿਕਲ ਕੇ ਨਹੀਂ ਆ ਰਿਹਾ। ਸੋ ਰੋਜ਼ਮਰਾ ਦੀਆਂ ਕੰਮ ਚਲਾਉਣ ਲਈ ਜਿਵੇਂ ਸਿਹਤ ਸਹੂਲਤਾਂ ਵਾ, ਵਿੱਦਿਆ ਦਾ ਖੇਤਰ ਆ, ਉੱਧਰੋਂ ਸਾਨੂੰ ਕੋਈ ਰਾਹਤ ਮਿਲਦੀ ਆਸ ਹੁੰਦੀ, ਉੱਧਰੋਂ ਵੀ ਕੋਈ ਰਾਹਤ ਨਹੀਂ ਸੀ। ਸੋ ਕੁੱਲ ਮਿਲਾ ਕੇ ਅਜੇ ਤੱਕ ਦੇ ਬਜਟ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਆਸਾਵਾਦੀ ਹੋਵੇ, ਜਿਹੜੀ ਚੰਗੀ ਹੋਵੇ, ਵੀ ਜਿਹਦੇ 'ਤੇ ਅਸੀਂ ਖੁਸ਼ ਹੋਣ ਦੀ ਗੱਲ ਕਰੀਏ। ਸੋ ਹਸਬੇ ਮਪੀਲ ਜਿਹੜੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਵੀ ਚੀਜ਼ਾਂ ਉਹੀ ਨੇ, ਨਾਂ ਨੂੰ ਬਦਲ ਕੇ ਕੁਛ ਉੱਧਰੋਂ ਕੁਛ ਇੱਧਰੋਂ, ਕੋਈ ਲਾਹੇਮੰਦਾ ਬਦਲ ਕਿਸਾਨੀ ਵਾਸਤੇ ਸਾਨੂੰ ਆਉਂਦਾ ਦਿਖਦਾ ਨਜ਼ਰ ਨਹੀਂ ਆ ਰਿਹਾ। ਜੋ ਕਿ ਅੱਜ ਦਾ ਬਜਟ ਚਾਲੂ ਹੋਇਆ ਵਾ, ਇਸ ਬਜਟ ਦੇ ਵਿੱਚ ਕਿਸਾਨਾਂ ਜਾਂ ਮਜ਼ਦੂਰਾਂ ਨੂੰ ਕੋਈ ਐਡਾ ਲਾਭ ਨਹੀਂ ਗਾ ਹੋਇਆ।